ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, 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 ਤੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਉਹ ਤੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਮੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ। ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ ਮੈਨੂੰ ਤੂੰ ਚਾਹੀਦਾ, ਹਾਂ ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ ਮੈਨੂੰ ਤੂੰ ਚਾਹੀਦਾ, ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ ਮੈਨੂੰ ਤੂੰ ਚਾਹੀਦਾ, ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, ਤੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਤੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਤੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀ, ਉਹ ਤੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦੇਵੀ, ਉਹ ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ, ਤੇਰਾ ਪਾਕ ਕਲਾਮ ਮਨ ਪਾਉਂਦਾ ਰਵੇ। ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ ਮੈਨੂੰ ਤੂੰ ਚਾਹੀਦਾ, ਯੇਸੂ
ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਯਸੂ ਹੱਦ ਤੱਕ ਹੋਵੇ ਤੇਰੇ ਜੋ ਚੀਜ਼ ਮੈਨੂੰ ਕੋਈ ਨਾ ਹੋਵੇ ਤੇਰੇ ਨਾਲ ਪਿਆਰ ਯਸੂ ਹੱਦ ਤੱਕ ਹੋਵੇ ਤੇਰੇ ਜੋ ਚੀਜ਼ ਮੈਨੂੰ ਕੋਈ ਤੇਰੇ ਨਾਲ ਪਿਆਰ ਯਸੂ ਹੱਦ ਤੱਕ ਹੋਵੇ ਤੇਰੇ ਤੋਂ ਚੀਜ਼ ਮੈਨੂੰ ਕੋਈ ਨਾ ਹੋਵੇ ਤੇਰੇ ਨਾਲ ਪਿਆਰ ਯਸੂ ਹੱਦ ਤੱਕ ਹੋਵੇ ਤੇਰੇ ਤੋਂ ਅਜ਼ੀਜ਼ ਮੈਨੂੰ ਕੋਈ ਨਾ ਹੋਵੇ ਤੇਰੇ ਨਾਲ ਪਿਆਰ ਯਸੂ ਹੱਦ ਤੱਕ ਹੋਵੇ ਤੇਰੇ ਤੋਂ ਅਜ਼ੀਜ਼ ਮੈਨੂੰ ਕੋਈ ਨਾ ਹੋਵੇ ਗੀਤ ਤੇਰੇ ਪਿਆਰ ਵਾਲੇ ਗਾਉਂਦਾ ਰਵੇ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਉਹ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਉਹ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਉਹ ਲੈਣਾ ਕੀ ਸਰੀਰ ਦੀਆਂ ਖੁਸ਼ੀਆਂ ਨੂੰ ਪਾ ਕੇ ਪਹਿਨਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਕੇ ਲੈਣਾ ਕੀ ਸਰੀਰ ਦੀਆਂ ਖੁਸ਼ੀਆਂ ਨੂੰ ਪਾ ਕੇ ਪਹਿਨਾ ਜਾਵਾਂ ਐਵੇਂ ਕਿਤੇ ਤੈਨੂੰ ਗਵਾ ਲੈਣਾ ਕੀ ਸਰੀਰ ਦੀਆਂ ਖੁਸ਼ੀਆਂ ਨੂੰ ਪਾ ਕੇ
ਕਿਤੇ ਨਾ ਜਾਵਾਂ ਮੈਂ ਕਿਤੇ ਤੈਨੂੰ ਗਵਾ ਕੇ ਲੈਣਾ ਕੀ ਸ਼ਰੀਰ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ ਦਿਨ ਰਾਤ ਮੇਰਾ ਦਿਨ ਰਾਤ ਮੇਰਾ ਮਨ ਤੈਨੂੰ ਚਾਹੁੰਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਹੀ ਹੋ ਮੇਰੀ ਜ਼ਿੰਦਗੀ ਤੇ ਤੂੰ ਹੀ ਹੋ ਮੇਰੀ ਬਰਕਤ ਤੇਰੇ ਨਾਲ ਸਾਰੀ ਖੁਸ਼ੀ ਤੂੰ ਹੀ ਹੋ ਮੇਰੀ ਬਰਕਤ ਤੂੰ ਹੀ ਹੋ ਮੇਰੀ ਜ਼ਿੰਦਗੀ ਤੇ ਤੂੰ ਹੀ ਹੋ ਮੇਰੀ ਬਰਕਤ ਤੇਰੇ ਨਾਲ ਸਾਰੀ ਖੁਸ਼ੀ ਤੂੰ ਹੀ ਹੋ ਮੇਰੀ ਬਰਕਤ ਮੋ ਦੁਨੀਆ ਦਾ ਮੇਰੇ ਵਿੱਚੋਂ ਜਾਂਦਾ ਰਵੇ ਮੋ ਦੁਨੀਆ ਦਾ ਮੇਰੇ ਵਿੱਚੋਂ ਜਾਂਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਹੋ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਯਸੂ ਮੈਨੂੰ ਤੂੰ ਚਾਹੀਦਾ ਹੋ ਯਸੂ ਮੈਨੂੰ ਤੂੰ ਚਾਹੀਦਾ ਹੋ ਯਸੂ ਮੈਨੂੰ ਤੂੰ ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਹੋ ਯਸੂ ਮੈਨੂੰ ਤੂੰ ਚਾਹੀਦਾ ਹੋ ਅੱਪਾ ਮੈਨੂੰ ਤੂੰ ਚਾਹੀਦਾ ਹੋ ਯਸੂ ਮੈਨੂੰ ਤੂੰ ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਹੋ ਯਸੂ ਮੈਨੂੰ ਤੂੰ ਚਾਹੀਦਾ ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ ਤੇ ਅੱਬਾ ਮੈਨੂੰ ਤੂੰ ਚਾਹੀਦਾ ਹਾਂ ਯਸੂ ਮੈਨੂੰ ਤੂੰ ਚਾਹੀਦਾ ਅੱਜ ਕਿੰਨੇ ਲੋਕ ਚਾਹੁੰਦੇ ਨੇ ਕਿ ਹੇ ਮਹਾਨ ਪਰਮੇਸ਼ਰ ਤੇਰਾ ਅਨੁਗ੍ਰਹਿ ਖੁਦਾਵੰਦ ਮੈਨੂੰ ਚਾਹੀਦਾ ਮੇਰੇ ਪ੍ਰਭੂ ਸੱਚਮੁੱਚ ਖੁਦਾਵੰਦ ਖੁਦਾ ਆ ਜੋ ਤੇਰੀ ਦਇਆ ਜੋ ਤੂੰ ਆਪਣੇ ਵਚਨ ਦੇ ਵਿੱਚ ਲਿਖਿਆ ਜੋ ਆਪਣੇ ਗੁਨਾਹਾਂ ਨੂੰ ਮੰਨ ਲੈਂਦਾ ਤੇ ਉਹਨਾਂ ਨੂੰ ਛੱਡ ਦਿੰਦਾ ਉਹਨਾਂ ਦੇ ਉੱਤੇ ਦਇਆ ਕੀਤੀ ਜਾਵੇਗੀ ਕਿਉਂਕਿ ਖੁਦਾ ਦਾ ਦਾਸ
ਜੋ ਬੜਾ ਹੀ ਪਿਆਰਾ ਦਾਸ ਹੋਇਆ, ਜਿਹਨੇ ਜਿਹਦਾ ਸਭ ਕੁਛ ਚਲਾ ਗਿਆ, ਜਿਹਦੀਆਂ ਭੇਡਾਂ ਬੱਕਰੀਆਂ ਬੱਚੇ ਸਭ ਕੁਛ ਹਰੇਕ ਚੀਜ਼ ਉਹਦੀ ਚਲੀ ਗਈ, ਉਹ ਖੁਦਾ ਦਾ ਦਾਸ ਅਜੂਬ ਨਬੀ, ਉਹਨੇ ਛੱਡਿਆ ਨਹੀਂ ਪਰਮੇਸ਼ੁਰ ਨੂੰ। ਇੱਥੋਂ ਤੱਕ ਉਹਦੀ ਪਤਨੀ ਤੱਕ ਨੇ ਕਹਿਤਾ ਕਿ ਉਸ ਪਰਮੇਸ਼ੁਰ ਨੂੰ ਫਿਟਕਾਰ ਜਿਹਨੇ ਸਭ ਕੁਛ ਲੈ ਲਿਆ। ਕਹਿੰਦਾ ਨਹੀਂ, ਕਹਿੰਦਾ ਉਹਨੇ ਦਿੱਤਾ ਉਹਨੇ ਲਿਆ। ਔਰ ਸੱਚਮੁੱਚ ਉਹ ਖੁਦਾ ਦੇ ਦਾਸ ਨੇ ਇੰਨਾ ਭਰੋਸਾ ਰੱਖਿਆ ਕਿ ਵਾਕਿਆ ਹੀ ਉਹ ਮੇਰਾ ਸਭ ਕੁਛ ਭਾਵੇਂ ਮੈਥੋਂ ਜਾਂਦਾ ਰਵੇ, ਹੋ ਅੱਬਾ ਮੈਨੂੰ ਤੂੰ ਚਾਹੀਦਾ। ਉਹਨੂੰ ਪਤਾ ਸੀ ਮੇਰਾ ਤਨ ਉੱਥੇ ਜੁੜਿਆ ਜਿੱਥੇ ਨਾ ਕੀੜਾ ਲੱਗੇਗਾ, ਨਾ ਸੜੇਗਾ, ਨਾ ਕੋਈ ਚੁਰਾਏਗਾ। ਸੱਚਮੁੱਚ ਅੱਜ ਸਾਨੂੰ ਵੀ ਜ਼ਰੂਰਤ ਆ, ਲੋੜ ਆ, ਸਾਨੂੰ ਇਸ ਧਨ ਦੀ ਨਹੀਂ ਉਸ ਧਨ ਦੀ ਜ਼ਰੂਰਤ ਆ। ਔਰ ਉਹ ਖੁਦਾਵੰਦ ਜਾਣਦਾ ਸਾਨੂੰ, ਸਾਡੀ ਹਰੇਕ ਜ਼ਰੂਰਤ ਨੂੰ। ਔਰ ਸੱਚਮੁੱਚ ਪਰਮੇਸ਼ੁਰ ਨੇ ਉਹਨੂੰ ਹਰੇਕ ਚੀਜ਼ ਟ੍ਰਿਪਲ ਫੋਰਥ ਕਰਕੇ ਦਿੱਤੀ, ਹਰੇਕ ਆਸ਼ੀਸ਼ ਦੇ ਵਿੱਚ ਵਾਅਦਾ ਕੀਤਾ। ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦੇਵੀਂ। ਕਿਸੇ ਸਮੇਂ ਅਸੀਂ ਉਹ ਚੀਜ਼ ਮੰਗਦੇ ਹਾਂ ਜਿਹੜੀ ਪਰਮੇਸ਼ੁਰ ਨੂੰ ਪਹਿਲਾਂ ਹੀ ਪਤਾ, ਕਿਉਂਕਿ ਖੁਦਾ ਨੂੰ ਪਤਾ ਆ ਕਿ ਜੋ ਕਿਹੜੀ ਚੀਜ਼ ਮੇਰੇ ਬੱਚੇ ਦੇ ਲਈ ਉੱਤਮ ਆ। ਔਰ ਸੱਚਮੁੱਚ ਕਿ ਕਿਸੇ ਸਮੇਂ ਅਸੀਂ ਉਹ ਚੀਜ਼ਾਂ ਮੰਗਦੇ ਹਾਂ ਜਿਨ੍ਹਾਂ ਦਾ ਸਾਨੂੰ ਅੱਗੇ ਜਾ ਕੇ ਕੋਈ ਫਾਇਦਾ ਤਾਂ ਹੈ ਨਹੀਂ, ਉਲਟਾ ਉਹਦਾ ਨੁਕਸਾਨ ਹੋ ਸਕਦਾ। ਇਸ ਲਈ ਪਰਮੇਸ਼ੁਰ ਦਾ ਵਚਨ ਵੀ ਦੱਸਦਾ, ਹੋ ਮੈਨੂੰ ਜੋ ਚੰਗਾ ਲੱਗੇ ਮੈਨੂੰ ਉਹ ਨਾ ਦਵੀ, ਹੋ ਤੈਨੂੰ ਜੋ ਚੰਗਾ ਲੱਗੇ ਬਸ ਉਹ ਦੇ ਦਵੀ, ਹੋ ਤੇਰਾ ਪਾਕ ਗਲਾ ਮਨ ਪਾਉਂਦਾ ਰਵੇ, ਹੋ ਪਾਕ ਕਲਾਮ ਮਨ ਪਾਉਂਦਾ ਰਵੇ, ਤੇ ਅੱਬਾ ਮੈਨੂੰ ਤੂੰ ਚਾਹੀਦਾ, ਹੋ ਯਸੂ ਮੈਨੂੰ ਤੂੰ ਚਾਹੀਦਾ, ਹੋ ਮੇਰਾ ਸਭ ਕੁਝ ਭਾਵੇਂ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਤੇ ਯਸੂ ਮੈਨੂੰ ਤੂੰ ਚਾਹੀਦਾ। ਕਿਉਂਕਿ ਖੁਦਾ ਨੇ ਪਹਿਲਾਂ ਹੀ ਆਪਣੇ ਵਚਨ ਦੇ ਵਿੱਚ ਕਹਿਤਾ ਕਿ ਅਗਰ ਕੋਈ ਮਨੁੱਖ, ਕੋਈ ਜਨ ਮੇਰੇ ਨਾਲੋਂ ਵੱਧ ਕੇ ਆਪਣੇ ਭੈਣ ਭਰਾ ਮਾਂ ਪਿਓ ਪਤਨੀ ਬੱਚੇ ਦੇ ਨਾਲ ਮੇਰੇ ਨਾਲੋਂ ਵੱਧ ਕੇ ਉਹਦੇ ਨਾਲ ਪ੍ਰੇਮ ਕਰਦਾ, ਤੇ ਉਹ ਜੇ ਮੇਰੀ ਸੇਵਾ ਦੇ ਯੋਗ ਨਹੀਂ ਆ। ਸੱਚਮੁੱਚ ਸਾਨੂੰ ਹਰੇਕ ਇਨਸਾਨ ਨੂੰ ਪ੍ਰੇਮ ਕਰਨਾ, ਪਰ ਸਭ ਤੋਂ ਵੱਧ ਖੁਦਾ ਦੇ ਨਾਲ, ਕਿਉਂਕਿ ਪਰਮੇਸ਼ੁਰ ਦਾ ਵਚਨ ਦੱਸਦਾ ਕਿ ਅਗਰ ਅਸੀਂ ਉਹਨੂੰ ਛੱਡ ਕੇ ਕੁਛ ਕਮਾਉਣਾ ਚਾਹਾਂਗੇ
ਤੇ ਅਸੀਂ ਸਭੋ ਕੁਛ ਗਵਾ ਲਵਾਂਗੇ। ਅਗਰ ਅਸੀਂ ਸਭ ਕੁਛ ਛੱਡ ਕੇ ਖੁਦਾ ਨੂੰ ਕਮਾਵਾਂਗੇ, ਤੇ ਪਰਮੇਸ਼ਰ ਨੇ ਆਖਿਆ ਮੈਂ ਧਰਤੀ ਦੀਆਂ ਸਭ ਜਾਤੀਆਂ ਤੋਂ ਤੈਨੂੰ ਉੱਚਾ ਕਰਾਂਗਾ। ਥੈਂਕ ਯੂ ਜੀਸਸ। ਹੋ ਮੇਰਾ ਸਭ ਕੁਝ ਭਾਵੇਂ ਮੈਥੋਂ ਜਾਂਦਾ ਰਵੇ, ਤੇ ਯਸੂ ਮੈਨੂੰ ਤੂੰ ਚਾਹੀਦਾ, ਤੇ ਅੱਬਾ ਮੈਨੂੰ ਤੂੰ ਚਾਹੀਦਾ। ਜਿੰਨੇ ਲੋਕ ਪਰਮੇਸ਼ਰ ਨੂੰ ਚਾਹੁੰਦੇ ਇੱਕ ਵਾਰੀ ਜ਼ੋਰਦਾਰ ਕਲੈਪਿੰਗ ਕਰਾਂਗੇ, ਹਾਲੇਲੂਇਆ ਹਾਲੇਲੂਇਆ।